ਮੈਨੂੰ ਇੱਦਾਂ ਲੱਗਦਾ ਮੈਂ ਗਲਤ ਜਗ੍ਹਾ 'ਤੇ ਆ ਗਿਆ। ਮੇਰਾ ਕੰਮ ਇੰਨਾ ਕੀ ਆ ਕਿ ਮੈਂ ਪੜ੍ਹਿਆ ਲਿਖਿਆ ਪਿੰਡ ਦਾ ਬਠਿੰਡਾ ਜ਼ਿਲ੍ਹਾ ਮੇਰਾ, ਅਤੇ ਇੰਜਣਾਂ 'ਤੇ ਬਹਿ ਬਹਿ ਕੇ ਖੇਤ ਨਾਲ ਉਹਦੇ ਉਹੀ ਕੁਝ ਆ ਸਿੱਖਿਆ ਮੈਂ। ਤੁਸੀਂ ਸਾਰੇ ਫਨਕਾਰ ਲੋਕ ਹੋ, ਉਸਤਾਦ ਹੋਣੀ ਬੈਠੇ ਸਾਹਮਣੇ ਬਾਬਾ ਸਾਡਾ, ਤਾਂ ਸਾਰੇ ਸੁਰੀਲੇ ਹੋ ਭਾਈ ਤੁਸੀਂ, ਤਾਂ ਮੈਂ ਜਿਹੋ ਜਿਹਾ ਵੀ ਮੇਰਾ ਗਿੱਲਾ ਸੁੱਕਾ ਜਿਹਾ ਹੋਇਆ ਕਬੂਲ ਕਰ ਲਿਓ। ਤਾਂ ਟਿੱਕੀ ਰਾਤ ਹੈ, ਮੈਂ ਕਹਿੰਦਾ ਛੱਲਾ ਹੀ ਗਾਉਣੇ ਹੁਣ ਆਪਾਂ। ਛੱਲਾ ਨੌ ਨੌ ਖੇਵੇ ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ। ਰੌਲਾ ਇਹ ਹੈ ਕਿ ਪੁੱਤ ਤਾਂ ਮੰਗਦੀ ਹੈ ਦੁਨੀਆ, ਹੋਰ ਬੜਾ ਕੁਛ ਮੰਗਦੀ ਹੈ, ਪਰ ਇਹਨਾਂ ਦੁਆਵਾਂ ਬਦਲੇ ਛੱਲਾ ਕੋਈ ਨਾ ਕੋਈ ਮੁੱਲ ਮੰਗਦਾ ਹੈ। ਔਰ ਉਹ ਛੱਲਾ ਕਿਹੜੇ ਕਿਹੜੇ ਮੁੱਲ ਮੰਗਦਾ ਹੈ, ਆ ਜਾਓ ਇਕੱਲਾ ਇਕੱਲਾ ਕਰਕੇ ਪੜ੍ਹਦੇ ਹਾਂ। ਤਾਂ ਉਹ ਪਹਿਲਾ ਹੀ ਗੀਤ ਸੀ ਮੇਰਾ ਕਿ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ, ਜਿਨ੍ਹਾਂ ਨੂੰ ਤੂੰ ਦਿਸਦਾ। ਤਾਂ ਉਹ ਪੜ੍ਹੀਏ ਆਪਾਂ ਬਾਬੇ, ਉਹ ਸਾਰੇ ਦਿਓ ਮੈਨੂੰ ਆ ਗਿਆ ਇੱਕ ਵਾਰੀ। ਤੁਸੀਂ ਵੀ ਮਾਰ ਲਓ, ਮੈਂ ਵਾਰ ਵਾਰ ਕਹਿੰਦਾ ਤੁਹਾਨੂੰ। ਪੰਜਾਬ 'ਚ ਤਾਂ ਮੈਂ ਹੱਸਦਾ ਹੁੰਦਾ, ਤਾੜੀਆਂ ਐਂ ਮਾਰਿਆ ਕਰੋ ਜਿਵੇਂ ਪੰਜਾਬ ਪੁਲਿਸ ਬੜੇ ਮਾਰਦੀ ਹੈ, ਕਿਉਂ ਬਾਬਿਓ? ਹਾਂ, ਦੱਬ ਕੇ ਰੱਖਿਆ ਕਰੋ ਐਨਰਜੀ। ਇਹ ਰਾਤ ਦੇ ਪੈਰ ਦੁਨੀਆਂ ਵਾਲਿਆਂ ਵਾਸਤੇ ਨੀਂਦ ਆਉਂਦੀ ਹੈ, ਆਸ਼ਕਾਂ ਨੂੰ ਕਾਹਨੂੰ ਆਉਂਦੀ ਹੈ, ਔਰ ਤੁਹਾਨੂੰ ਰੱਬ ਨੇ ਸੰਗੀਤ ਬਖਸ਼ਿਆ, ਆਸ਼ਕ ਹੋ ਤੁਸੀਂ ਉਹਦੇ। ਇਸ ਕਰਕੇ ਸੁਸਤੀਆਂ 'ਚ ਬੈਠੇ ਚੰਗੇ ਨਹੀਂ ਲੱਗਦੇ, ਚੰਗੇ ਨਹੀਂ ਲੱਗਦੇ। ਖੁੱਲ੍ਹ ਕੇ ਖਿੜੀਆਂ ਰੂਹਾਂ, ਚਾਰ ਰੋਜ਼ ਦਾ ਮੇਲਾ ਹੈ। ਬੇਬੇ ਮੇਰੀ ਹਮੇਸ਼ਾ ਕਹਿੰਦੀ ਹੁੰਦੀ ਹੈ ਕਿ ਬੰਦਿਆ, ਇਹ ਚਾਰ ਰੋਜ਼ ਦਾ ਮੇਲਾ ਹੈ ਔਰ ਸਾਡੇ ਤਿੰਨ ਟੇਸ਼ਨ ਹੈ, ਔਰ ਉਹ ਤਿੰਨੇ ਪਤਾ ਹੋਣੇ ਚਾਹੀਦੇ ਕਿ ਬੰਦਾ ਕਿੱਥੋਂ ਆਇਆ, ਕੀ ਕਰਨਾ ਆ, ਅਤੇ ਫਿਰ ਜਾਣਾ ਕਿੱਥੇ ਹੈ। ਔਰ ਅੱਜ ਕੱਲ੍ਹ ਮੈਨੂੰ ਐਂ ਲੱਗਦਾ ਕਿ 2016 ਦਾ ਬੰਦਾ ਪਹਿਲਾਂ ਬੜੇ ਵੱਡੇ ਪ੍ਰੇਸ਼ਨਾਂ ਨਾਲ ਜੰਮਣ ਆਇਆ, ਉਸ ਤੋਂ ਬਾਅਦ ਕਾਰਟੂਨ ਖੇਡਣ ਆਇਆ, ਛੋਟੇ ਹੁੰਦੇ ਮਾਮਾ ਤੋਂ ਆਈਫੋਨਾਂ ਲੈ ਕੇ ਗੇਮਾਂ ਖੇਡਣ ਆਇਆ, ਔਰ ਉਸ ਤੋਂ ਬਾਅਦ ਬਹੁਤ ਵੱਡਾ ਬਸਤਾ ਚੱਕ ਕੇ ਐਨਕ ਲਵਾਉਣ ਆਇਆ, ਡਿਪਰੈਸ਼ਨ 'ਚ ਹੋ ਕੇ ਫਿਰ 25-30 ਸਾਲ ਤੱਕ ਪੜ੍ਹ ਕੇ ਫਿਰ ਵਿਆਹ ਕਰਵਾ ਕੇ, ਉਸ ਤੋਂ ਬਾਅਦ ਪੁੱਤਾਂ ਦਾ ਠੇਕਾ, ਪੋਤਿਆਂ ਦਾ ਠੇਕਾ, ਅਤੇ ਉਦੋਂ ਬਾਅਦ ਮਰਨ ਆਇਆ। ਇਹ ਬੰਦੇ ਦੀ ਯਾਤਰਾ ਹੈ, ਯਾਤਰਾ। ਔਰ ਮੇਰੀ ਕਿਸੇ ਗੱਲ ਦਾ ਬੁਰਾ ਨਾ ਮੰਨਿਓ, ਬੁਰਾ ਨਾ ਮੰਨਿਓ ਕਿਸੇ ਗੱਲ, ਕਿਉਂਕਿ ਸਾਰੀਆਂ ਉਹਦੀਆਂ ਹੈ, ਸਾਰੀਆਂ ਉਹਦੀਆਂ ਹੈ। ਅੱਜ ਦੇਖੋ ਕਲਯੁੱਗ ਦਾ ਕੈਸਾ ਪੈਰ ਬੋਲ ਰਿਹਾ ਕਿ ਬੰਦੇ ਨੂੰ ਆਪ ਆ ਕੇ ਦਿਖਾਉਣਾ ਪੈ ਰਿਹਾ ਕਿ ਮੈਨੂੰ ਸੁਣ ਬਾਬਾ, ਮੈਂ ਅੱਛਾ ਗਾਉਣਾ ਕਿ ਮਾੜਾ ਗਾਉਣਾ। ਅੱਜ ਸਮਾਂ ਦੇਖੋ 2016 ਦਾ ਕਿ ਬੰਦਾ ਘਰੋਂ ਚੱਲ ਕੇ ਆਇਆ ਔਰ ਆ ਕੇ ਕਿਸੇ ਨੂੰ ਕਹਿ ਰਿਹਾ ਕਿ ਬਾਬਾ ਮੈਂ ਗਾਉਣਾ, ਦੇਖ ਮੈਂ ਕੈਸਾ ਗਾਉਣਾ। ਔਰ ਇੱਕ ਪਾਸੇ ਉਹ ਕਹਿੰਦਾ ਕਿ ਬਾਬਾ ਇਹ ਸੰਗੀਤ ਹੈ, ਇਹ ਰੱਬ ਨੂੰ ਮਿਲਣ ਦਾ ਜ਼ਰੀਆ ਹੈ, ਮੰਨਿਆ ਕਿ ਰੁਜ਼ਗਾਰ ਹੈ। ਇਸ ਕਰਕੇ ਸੰਗੀਤ ਦੇ ਮਾਇਨੇ, ਇਹ ਬਾਬੇ ਲੋਕ ਬੈਠੇ ਆ, ਉਹਨਾਂ ਨੂੰ ਪੁੱਛੋ ਇਹਨਾਂ ਦੀਆਂ ਜ਼ਿੰਦਗੀਆਂ ਬੀਤ ਗਈਆਂ, ਯਾਤਰਾ ਬੜੀ ਲੰਬੀ ਹੈ, ਸਲਿਊਟ ਹੈ। ਸੋ ਇਸ ਕਰਕੇ ਇਹ ਆਵਾਜ਼ ਪੰਜਾਬ ਦੀ, ਹੋਰ ਬੜਾ ਹੀ ਪੰਜਾਬ ਦਾ ਪਤਾ ਨਹੀਂ ਕੀ ਕੁਛ ਚੱਲੀ ਹੋਈ ਜਾਣਾ ਹੈ, ਪਰ ਕਦੇ ਵੀ ਰਾਤ ਨੂੰ ਸਿਰਹਾਣੇ ਘੁੱਟ ਕੇ ਇਹ ਨਾ ਸੋਚਿਓ ਕਿ ਮੈਂ ਜਿੱਤਣਾ, ਮੈਂ ਜਿੱਤਣਾ, ਇਹ ਉਹਦੇ ਵੱਲੋਂ ਫਾਈਨਲ ਹੈ। ਇਹ ਜੱਜ ਸਾਹਿਬ ਬਣ ਬੈਠੇ ਆ, ਇਹਨਾਂ ਦੇ ਥੋਟਸ ਦੇ ਵਿੱਚ ਉਹੀ ਆਉਣਾ ਜਿਹੜਾ ਉਹਨੇ ਕਰਵਾਉਣਾ ਹੈ, ਉਸੇ ਤੋਂ ਅੱਜ ਸੁਰ ਲੱਗਣਾ ਹੈ। ਸਭ ਲਵਾ ਦਿੰਦਾ ਉਹ, ਬੇਸੁਰਿਆਂ ਨੂੰ ਸੁਰ 'ਚ ਕਰ ਦਿੰਦਾ ਉਹ, ਬੇਤਾਲਿਆਂ ਨੂੰ ਤਾਲ 'ਚ ਕਰ ਦਿੰਦਾ, ਪਰ ਰੌਲਾ ਕੀ ਆ ਉਹਦੀ ਹਾਜ਼ਰੀ, ਉਹਦੀ ਹਾਜ਼ਰੀ ਕਿਉਂ ਹੈਗਾ, ਅਸੀਂ ਭੁੱਲ ਗਏ ਹਾਂ ਕਿ ਉਹ ਹੈਗਾ। ਇਸ ਵੇਲੇ ਇਕੱਲਾ ਇਕੱਲਾ ਬੰਦਾ ਇਹ ਸੋਚ ਰਿਹਾ ਕਿ ਮੈਂ ਆਉਣਾ ਔਰ ਮੈਂ ਪਤਾ ਨਹੀਂ ਕੀ ਕਰ ਜਾਣਾ, ਉਹੀ ਕਿਤੇ ਕਿਹਾ ਹੋਵੇ ਕਿ ਰੱਬਾ ਤੂੰ ਭੇਜਣਾ ਅਤੇ ਪਤਾ ਨਹੀਂ ਤੂੰ ਕੀ ਕਰਾਉਣਾ। ਬਾ ਇੰਨਾ ਹੀ ਫਰਕ ਹੈ, ਇੰਨਾ ਹੀ ਫਰਕ ਹੈ ਬਸ। ਤਾਂ ਜਿਨ੍ਹਾਂ ਨੂੰ ਤੂੰ ਦੱਸਦਾ ਹੋਰ ਹੀ ਅੱਖਾਂ। ਬਾਬਾ ਆਵਾਜ਼ ਹੋਰ ਸੁਣਾਈ ਥੋੜ੍ਹੀ ਮੈਨੂੰ।
ਦੀ ਇਮਾਰਤ ਹੈ, ਪੱਥਰ ਦੀ ਇਮਾਰਤ ਹੈ, ਉਹ ਜਿੱਥੇ ਜਾ ਕੇ ਬਹਿਨੇ ਨਾ ਉਹ ਤੇਰਾ ਪਤਾ ਨਹੀਂ ਮਿਲਦਾ, ਉਂਝ ਨਾਮ ਤਾਂ ਲੈਨੇ ਆ। ਉਹ ਕਹਿੰਦਾ ਬਾਬਾ ਸੱਠਾਂ ਸੱਤਰਾਂ ਦਾ ਹੋ ਗਿਆ ਗੁਰਦੁਆਰੇ ਮੰਦਰ ਜਾਂ ਮਸੀਤ ਜਾਂਦਿਆਂ, ਔਰ ਲੋਕਾਂ ਨੂੰ ਬੁੱਧੂ ਬਣਾਉਂਦਿਆਂ ਕਿ ਭਾਈ ਮੈਂ ਬਹੁਤ ਸਿਮਰਨ ਕਰਦਾ। ਤਾਂ ਇੱਕ ਦਿਨ ਉਹ ਮਾਤੜ ਨੰਗਾ ਚਿੱਟਾ ਹੋ ਕੇ ਕਹਿੰਦਾ, ਅੱਜ ਬਾਬਾ ਤੇਰੇ ਮੂਹਰੇ ਤਰਲਾ ਕਰਦਾ, ਯਾਰ ਲੋਕਾਂ ਨੂੰ ਹੀ ਬੁੱਧੂ ਬਣਾਈ ਜਾਂਦਾ, ਦੱਸ ਤਾਂ ਸਹੀ ਤੂੰ ਰਹਿੰਦਾ ਕਿੱਥੇ ਆ, ਕਿੱਥੇ ਬੈਠਾ। ਤਾਂ ਬੇਬੇ ਕਹਿੰਦੀ ਕਿਸੇ ਫਕੀਰ ਦੀ ਆਵਾਜ਼ ਆਈ, ਉਹਨੇ ਬਾਤ ਪਾਈ, ਪਤਾ ਕੀ ਕਹਿੰਦਾ ਉਹ ਕਿ ਕਿੱਥੇ ਰਹਿੰਦਾ। ਉਹ ਕਹਿੰਦਾ, ਵੇਖੀ ਨੀ ਵੇਖੀ ਅੜੀਏ, ਵੇਖੀ ਨੀ ਵੇਖੀ ਅੜੀਏ, ਨੀ ਅੰਦਰ ਬੋਲੇ ਕੌਣ, ਵੇਖੀ ਨੀ ਵੇਖੀ ਅੜੀਏ, ਨੀ ਅੰਦਰ ਬੋਲੇ ਕੌਣ, ਬਾਹਰ ਜਿਨ੍ਹਾਂ ਨੂੰ ਲੱਭਦੀਆਂ ਨੀ ਕਿਤੇ ਉਹੀ ਸੱਜਣ ਨਾ ਹੋ, ਨੀ ਬਾਹਰ ਜਿਨ੍ਹਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਹੋ, ਕੀ ਦੱਸਾਂ ਨੀ ਤੈਨੂੰ ਅੜੀਏ, ਇਹ ਯਾਰ ਨਾ ਸੌਖੇ ਲੱਭਦੇ ਨੀ ਹਾਏ, ਕੀ ਦੱਸਾਂ ਨੀ ਤੈਨੂੰ ਅੜੀਏ, ਇਹ ਯਾਰ ਨਾ ਸੌਖੇ ਲੱਭਦੇ ਨੀ, ਸਭ ਕੁਝ ਦਾਤੇ ਲਾ ਕੇ ਆਪਣਾ ਤੇ ਫਿਰ ਤਾਨੇ ਸਹਿਣੇ ਜਗਦੇ ਨੀ, ਕਰਨੀ ਸੌਖੀ ਨਹੀਂ ਫਕੀਰੀ ਤੇ ਭਾਣੇ ਮੰਨਣੇ ਰੱਬ ਦੇ ਨੀ, ਕੰਜਰੀ ਬਣਨਾ ਕਹਿਣਾ ਸੌਖਾ ਪਰ ਵਸ ਨਹੀਂ ਇਹ ਸਭ ਦੇ ਨੀ, ਵਸ ਨਹੀਂ ਤੇ ਬੈਠ ਕੁੱਲੀ ਵਿੱਚ ਤੰਦ ਇਸ਼ਕ ਦੇ, ਬੈਠ ਕੁੱਲੀ ਵਿੱਚ ਤੰਦ ਇਸ਼ਕ ਦੇ, ਉਹ ਚਰਖੇ ਲੱਗੀ ਪਾਉ, ਨੀ ਬਾਹਰ ਜਿਨ੍ਹਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ, ਘਰੇ ਤਾਂ ਨਹੀਂ ਬੈਠਾ, ਬਾਹਰ ਜਿਨ੍ਹਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਹੋ। ਇਹ ਰਬਾਬਾਂ, ਇਹ ਗਿਟਾਰਾਂ, ਇਹ ਧਾਮੇ ਅੰਦਰੇ ਵੱਜਦੇ ਹੈ। ਗੁਰੂ ਸਾਹਿਬ ਕਹਿੰਦੇ ਹੈ ਕਿ ਜਿਹੜੀਆਂ ਜੋਤਾਂ ਲਾਉਣੇ ਆ ਨਾ, ਜਾਂ ਜਿਹੜੇ ਮੰਦਰਾਂ 'ਚ ਟੱਲ ਖੜਕਾਉਣੇ ਆ, ਇਹ ਸਾਡੇ ਗੁਰੂ ਸਾਹਿਬ ਸਾਨੂੰ ਜਾਂਦੇ ਹੋਏ ਇੱਕ ਸਿੰਬਲ ਦੇ ਕੇ ਗਏ ਹੈ ਕਿ ਬਾਬਾ ਇਹ ਸਾਜ ਤੇਰੇ ਅੰਦਰ ਵੱਜਦੇ ਆ, ਵੇਖੀ ਕਿਤੇ ਸਾਰੀ ਉਮਰ ਪਾਗਲਾਂ ਗੂ ਲਿਖ ਲਿਖਣਾ ਗਾਉਂਦਾ ਰਹੀ ਗੱਲਾਂ, ਕਿਤੇ ਕਹਿ ਰਹਾ ਅਨਹਦ ਨਾਦ ਵੱਜਦੇ ਆ, ਸੁਣਨੇ ਵੀ ਚਾਹੀਦੇ ਆ, ਅਨਹਦ ਨਾਚ ਤਾਂ ਵੱਜਦੇ ਹੈ। ਉਹ ਮੈਂ ਗੀਤ ਵੀ ਗਾਉਣਾ ਨਾ ਕਿ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਹੈ, ਗੱਲ ਹੋ ਜੇ ਵਸੋ ਬਾਰ ਕਿਹਦੀ ਗੱਲ ਹੋ ਗਈ ਵਸੋ, ਮੇਰੇ ਵਰਗਾ 2 ਲੱਖ ਲੈ ਕੇ ਗਾਇਆ ਆ ਕਿ ਗੱਲ ਵਸੋ ਬਾਰ ਹੋ ਗਈ ਤੇ ਨੱਚਣਾ ਪੈ ਗਿਆ, ਸਰੋਤੇ ਨੇ ਸੁਣ ਲਿਆ ਕਿ ਗੱਲ ਵਸੋ ਬਾਰ ਕਿਹਦੀ, ਪਤਾ ਤਾਂ ਲੱਗੇ ਨਾ ਕਿਹਦੀ ਗੱਲ ਵਸੋ ਬਾਰ ਹੈ, ਕਿਹਦੀ ਗੱਲ ਵਸੋ ਬਾਰ ਹੈ। ਔਰ ਜਿਹਨਾਂ ਦੀਆਂ ਵਸੋ ਬਾਰ ਹੋ ਗਈਆਂ ਉਹ ਫਿਰ ਸਾਡੇ ਅੱਗੂ ਆ ਕੇ MH1 ਦੇ ਚੈਨਲਾਂ 'ਤੇ ਆ ਕੇ ਇੱਥੇ ਆ ਕੇ ਨਹੀਂ ਨੱਚਣਗੇ ਜਿਹਨਾਂ ਦੀਆਂ ਵਸੋ ਬਾਹਰ ਹੋ ਗਈਆਂ। ਇਸ ਕਰਕੇ ਡਰਾਮਾ ਹੀ ਆ ਬਾਬਾ, ਚੱਲੀ ਜਾਂਦਾ ਬਸ, ਮੇਰੇ ਸੂਤ ਆਇਆ ਜਾਂ ਕਿਸੇ ਦੇ ਵੀ ਸੂਤ ਆਇਆ, ਦੱਬੀ ਆਉਂਦਾ ਬੰਦਾ ਕਿੱਲੀ, ਜਾਗਦੇ ਰਹੋ ਪੁੱਤਰੋ, ਤੁਸੀਂ ਪੰਜਾਬ ਦੀ ਪਨੀਰੀ ਹੋ, ਔਰ ਆਉਣ ਵਾਲਾ ਸਮਾਂ ਮਾਲਕ ਕਰੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਸੁਰਗੁਰ ਬਖਸ਼ੇ ਸਾਰਿਆਂ ਨੂੰ। ਸੋ ਇਹ ਤਾਂ ਬਹੁਤ ਛੋਟੇ ਛੋਟੇ, ਜਿਵੇਂ ਕਹਿ ਦਿੰਦੇ ਆ, ਛੋਟੇ ਛੋਟੇ ਪੜਾਅ ਹੈ ਜ਼ਿੰਦਗੀ ਦੇ। ਤਾਂ ਇਹ ਹਾਰ ਜਿੱਤ ਨੂੰ ਇੱਦਾਂ ਕੋਈ ਦਿਲ 'ਤੇ ਨਹੀਂ ਲਾਉਣਾ, ਜਿੱਤ ਵੀ ਗਏ ਤਾਂ ਬਹੁਤ ਹੀ ਖੁਸ਼ੀ ਨਹੀਂ, ਹਾਰ ਵੀ ਗਏ ਤਾਂ ਕੋਈ ਗੱਲ ਨਹੀਂ। ਇਸ ਕਰਕੇ ਆਪਦਾ ਚੜ੍ਹਦੀ ਕਲਾ 'ਚ ਰੱਖੋ, ਮਾਲਕ ਨੇ ਫਾਈਲਾਂ ਤੁਹਾਡੀਆਂ ਸਾਰਿਆਂ ਦੀਆਂ, 12 ਬੈਠੇ ਹੋ, 12 ਦੇ 12 ਦੀਆਂ ਫਾਈਲਾਂ ਪਹਿਲਾਂ ਬਣਾ ਕੇ ਭੇਜਤੀਆਂ ਸੀ ਤੁਹਾਡੇ ਆਉਣ ਤੋਂ ਕਿ ਭਾਈ ਆ ਫਲਾਨੇ ਨੂੰ ਮੈਂ ਆਹ ਕਰਨਾ ਹੈ, ਫਲਾਨੇ ਨੂੰ ਆਹ ਕਰਨਾ ਹੈ। ਇਸ ਕਰਕੇ ਜਾਗਦੇ ਰਹੋ, ਸਮਾਂ ਆਪਣਾ ਹੀ ਹੈ, ਜ਼ਿੰਦਗੀ ਬੜੀ ਖੂਬਸੂਰਤ ਹੈ, ਇੱਕ ਇੱਕ ਪਲ ਨੂੰ ਇੰਨੇ ਸੋਹਣੇ ਤਰੀਕੇ ਨਾਲ, ਇੰਨੇ ਚੈਨ ਨਾਲ ਕੱਢੋ, ਐਵੇਂ ਪਤਾ ਨਹੀਂ ਜਿੰਨੇ ਪੈਸਿਆਂ ਵਾਲਾ ਬੰਦਾ ਉਨੀਆਂ ਗੋਲੀਆਂ ਵੱਧ ਲੈ ਕੇ ਸੌਂਦਾ। ਆਹ ਛੇੜ ਛੱਲਾ ਬਾਬਾ, ਛੇੜ ਛੱਲਾ, ਉਹੀ ਆਪਣੀ ਟੰਗੜਾ ਟੰਗੜਾ ਟਿੰਗੜਾ ਟੜਾ ਟਿੰਗੜਾ ਟੜਾ ਟਿੰਗੜਾ 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 ਟਿੰਗੜਾ
ਸਭ ਨੂੰ ਉਹਦੇ ਵੇ ਤੇ ਗੱਲ ਸੁਣ ਛੱਲਿਆ ਉਹ ਕਾਵਾਂ ਵੇ ਮਾਵਾਂ ਠੰਡੀਆਂ ਜਾਵਾਂ ਵੇ ਪਈਆ ਕਰਜਾਂ ਤੇ ਮਾਰੀ ਵੇ ਦੁਨੀਆ ਕਰਜਾਂ ਤੇ ਮਾਰੀ ਵੇ ਰਿਸ਼ਤੇਦਾਰੀ ਨਾ ਯਾਰੀ ਰਿਸ਼ਤੇਦਾਰੀ ਨਾ ਯਾਰੀ ਵੇ ਛੱਲਿਆ ਕਰਨਾ ਉਹਦਾ ਵੇ ਚੰਦੜੀ ਮੁੱਕਦੀ ਜਾਵੇ ਮਾਂ ਧੀ ਨੂੰ ਕੀ ਕਹਿੰਦੀ ਹੈ ਕਹਿੰਦੀ ਧੀਏ ਮਾਂ ਧੀ ਨੂੰ ਕਹਿੰਦੀ ਹੁੰਦਾ ਚਰਖਾ ਰੋਜ ਪੁਰਾਣਾ ਚਰਖਾ ਰੋਜ ਪੁਰਾਣਾ ਕੁੜੀਏ ਕਤਲਨੀ ਹੁੰਦਾ ਚਰਖਾ ਰੋਜ ਪੁਰਾਣਾ ਕੁੜੀਏ ਕਤਲਨੀ ਓਏ ਨਿਆ ਖਰ ਨੂੰ ਟੁੱਟ ਜਾਣਾ ਕੁੜੀਏ ਕਤਲਨੀ ਚਰਖਾ ਰੋਜ ਪੁਰਾਣਾ ਕੁੜੀਏ ਕਤਲਨੀ ਓਏ ਨਿਆ ਖਰ ਨੂੰ ਟੁੱਟ ਜਾਣਾ ਕੁੜੀਏ ਕਤਲਨੀ ਚਰਖਾ ਰੋਜ ਪੁਰਾਣਾ ਛੱਲਾ ਦਰਬਾਰ ਵੇ ਸਜਦਾ ਦਰਬਾਰ ਵੇ ਸਜਦਾ ਵੇ ਤੂਬਾ ਮੀਰਾ ਤਵਜਦਾ ਵੇ ਤੂਬਾ ਮੀਰਾ ਤਵਜਦਾ ਵੇ ਤੂਬਾ ਬੇਬੇ ਤਵਜਦਾ ਵੇ ਧੁਰਧਰ ਗਾਹੀ ਗੱਜਦਾ ਧੁਰਧਰ ਗਾਹੀ ਗੱਜਦਾ ਵੇ ਮੇਰੇ ਪਰਦੇ ਜਦਾਵ ਗੱਲ ਸੁਣ ਛੱਲਿਆ ਖੜਕੇ ਵੇ ਲੈ ਜਾ ਝੋਲੀਆਂ ਭਰ ਕੇ 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 ਓ
ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਨਾ, ਮੈਂ ਪੰਜਾਬੀ ਯੂਨੀਵਰਸਿਟੀ ਪੜ੍ਹਿਆ ਪਟਿਆਲੇ, ਤਾਂ ਸਟਾਰਟ ਉਦੋਂ ਤੋਂ ਹੀ, ਪਹਿਲਾਂ ਜਦੋਂ ਮੈਂ ਕਾਲਜਾਂ 'ਚ ਸੀ ਸਕੂਲਾਂ 'ਚ ਸੀ, ਗਾਉਣ ਦਾ ਬੜਾ ਚਾਅ ਹੁੰਦਾ ਸੀ ਕਿ ਗਾਈਏ ਜ਼ਰੂਰ। ਪਰ ਸੱਚੀ ਗੱਲ ਜਾਣਿਓ, ਮਾਲਕ ਦੀ ਇੰਨੀ ਮਿਹਰ ਸੀ ਕਿ ਕਦੇ ਨਹੀਂ ਐਂ ਲੱਗਿਆ ਕਿ ਕਦੇ ਗਾਵਾਂ ਪਰ ਮਸ਼ਹੂਰ ਹੋ ਕੇ ਗਾਵਾਂ। ਅੱਜ ਕੱਲ੍ਹ ਸਾਡੀ ਪ੍ਰੋਬਲਮ ਹੀ ਇਹ ਹੈ, ਜਦੋਂ ਇੱਕ ਵਾਰੀ ਫੇਸਬੁੱਕ 'ਤੇ ਮਾੜਾ ਮੋਟਾ ਕੋਈ ਛੋਟਾ ਜਿਹਾ ਕਲਿੱਪ ਪਾਉਣੇ ਨਾ ਅਸੀਂ, ਔਰ ਸਾਨੂੰ ਸਾਡੇ ਸਰਕਲ 'ਚੋਂ ਹੀ 15-20 ਲੋਕ ਕਹਿੰਦੇ ਆ ਕਿਆ ਬਾਤ ਹੈ, ਤਾਂ ਉਦੋਂ ਫਿਰ ਕਿੱਲਾ ਵਿਕਣ ਵਾਲੀ ਗੱਲ ਹੋ ਜਾਂਦੀ ਹੈ। ਉਦੋਂ ਫਿਰ ਐਂ ਹੁੰਦਾ ਕਿ ਕਰੀ ਦੁਨੀਆਂ ਨੂੰ ਦਿਖਾ ਦਿਓ, ਹਸਤੀ ਬਣਾਉਣ ਨਹੀਂ ਹਸਤੀ ਮਿਟਾਉਣ ਆਏ ਹਾਂ, ਪੁੱਛੋ ਉਹਨਾਂ ਨੂੰ। ਇਕੱਲਾ ਹੁਣ ਨਾ ਐਂ ਕਰੀ ਜਾਇਆ ਕਰੋ, ਗੱਲ ਅਸਰ ਦੀ ਹੈ, ਗੱਲ ਅਸਰ ਦੀ ਹੈ। ਮੈਂ ਅੱਜ ਕਹਿੰਦਾ ਇਸ ਸਭਾ 'ਚ ਕਿ ਮੈਥੋਂ ਮੇਰਾ ਰੱਬ ਅੱਜ ਹੀ ਬੇੜਾ ਪਾ ਦੇ, ਮੈਨੂੰ ਅੱਜ ਹੀ ਫੇਲ ਕਰ ਦੇ, ਭੋਰਾ ਹੀ ਫਰਕ ਨਹੀਂ ਪੈਣਾ। ਕਿਉਂਕਿ ਖੇਡ ਇਹ ਨਹੀਂ ਹੈ ਕਿ ਮਸ਼ਹੂਰ ਹੋ ਕੇ ਯੂਟਿਊਬ 'ਤੇ 20-20 ਮਿਲੀਅਨ ਵਿਊਅਰ ਬਣਾਉਣੇ ਹੈ, ਖੇਡ ਇਹ ਹੈ ਕਿ ਅੰਦਰੋਂ ਕਿੰਨਾ ਸ਼ਾਂਤ ਹੈ। ਮਸ਼ਹੂਰ ਤਾਂ ਬਹੁਤ ਹੋ ਗਿਆ, ਚੈਨਲਾਂ ਦਾ ਮਾਲਕ ਹੋ ਗਿਆ, ਖੇਡਾਂ 'ਚ ਬਹੁਤ ਅੱਗੇ ਚਲਾ ਗਿਆ, ਹੋਰ ਪਤਾ ਨਹੀਂ ਕੀ ਲੱਲੇ ਭੱਬੇ, ਮਾਇਆ ਬਹੁਤ ਇਕੱਠੀ ਕਰ ਲਈ। ਉਸ ਤੋਂ ਬਾਅਦ ਸਵਾਲ ਹੈ ਇੱਕ ਕਿ ਮਨ ਨੂੰ ਚੈਨ ਹੈ? ਕਿਉਂਕਿ ਬਾਬੇ ਦੀ ਬਾਣੀ ਕਹਿੰਦੀ ਹੈ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਜੇ ਦੁਨੀਆਂ ਦੀ ਗੱਲ, ਦੁਨਿਆਵੀ ਲੈਵਲ ਦੀ ਗੱਲ ਕਰੀਏ ਤਾਂ ਪੁਰੀਆਂ ਦੇ ਭਾਰ ਬੰਨ ਲਈ ਕਹਿੰਦਾ, ਇੱਥੋਂ ਵਾਲੇ ਅਰਬਾਂ ਖਰਬਾਂ ਜਿੰਨੇ ਮਰਜ਼ੀ ਖਿੱਲਾਂ ਪਕੌੜੀਆਂ ਇਕੱਠੀਆਂ ਕਰ ਲਈ, ਪਰ ਮਨ ਨੇ ਰੱਜਣਾ ਨਹੀਂ, ਮਨ ਨੇ ਰੱਜਣਾ ਨਹੀਂ। ਆ ਮੈਂ ਪਰਸੋਂ ਇੱਥੇ ਦਿੱਲੀ ਗਾ ਕੇ ਗਿਆ, ਤਾਂ ਉੱਥੇ ਉਹ ਕਾਫੀ ਹਿੰਦੂ ਦਬਕਾ ਸੀ, ਤਾਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਭਾਈ, ਹਰ ਇੱਕ ਬੰਦਾ ਆਪਣੇ ਆਪਣੇ ਆਰੇ ਲੱਗਿਆ ਹੋਇਆ ਹੈ, ਤਾਂ ਮੋਟੀ ਜਿਹੀ ਇੱਕ ਮਿਸਾਲ ਹੈ, ਬਾਬੇ ਹੋਣੀ ਬੈਠੇ ਮੈਂ ਗੱਲ ਕਰਦਾ ਕਿ ਆਪਾਂ ਕਰਨ ਕੀ ਆਏ ਹਾਂ? ਇਕੱਲੇ ਆਪਾਂ MH1 ਅਤੇ ਆਵਾਜ਼ ਪੰਜਾਬ ਦੀ ਨਹੀਂ ਬਣਨਾ, ਇਹ ਕੰਮ ਹੋਰ ਬੜਾ ਪਿਆ, ਕੰਮ ਹੋਰ ਬੜਾ ਕਰਨ ਵਾਲਾ ਪਿਆ। ਮੈਨੂੰ ਪਤਾ ਮੈਂ ਅੱਜ ਭਸੂੜੀ ਪਾਉਣ ਆਇਆ, ਪਰ ਸੁਣ ਲਿਓ ਮੈਨੂੰ ਯਾਰ, ਸੱਚੀ ਗੱਲ ਹੈ, ਮੈਂ ਕੁੱਤੇ ਵਾਂਗੂ ਭੌਂਕਦਾ ਫਿਰਦਾ ਦਰ ਦਰ 'ਤੇ, ਕੋਈ ਸੁਣਦਾ ਹੀ ਨਹੀਂ, ਕੋਈ ਨਹੀਂ ਸੁਣਦਾ। ਇਹ ਪਤਾ ਕਿਵੇਂ ਆ ਮਸ਼ਹੂਰ? ਜਿਵੇਂ ਮੈਂ ਅਤੇ ਆ ਤਬਲੇ ਵਾਲਾ ਬਾਈ, ਅਸੀਂ ਦੋਨੇ ਕਿਸੇ ਬਾਣੀਆਂ ਦੀ ਦੁਕਾਨ 'ਤੇ ਰੂੰਗਾ ਕੋਈ ਸੌਦਾ ਲੈਣ ਜਾਈਏ, ਇਹਨੂੰ ਇਕੱਲਾ ਸੌਦਾ ਦੇ ਦੇ ਅਤੇ ਮੈਨੂੰ ਨਾਲ ਰੂੰਗਾ ਮਿਲ ਜੇ, ਇਹ ਦੁਨੀਆਂ 'ਚ ਸ਼ੋਹਰਤ ਬਸ ਇੰਨੀ ਕੁ ਖੇਡ ਹੈ, ਉਹ ਬਾਣੀਆਂ ਵੱਲੋਂ ਮਿਲਿਆ ਰੂੰਗਾ ਹੈ, ਤਾਂ ਇਸ ਰੂੰਗੇ ਨੂੰ ਕਿਵੇਂ ਲੈਣਾ? ਨੀਲੀਆਂ ਬੱਤੀਆਂ ਲਾਉਣੀਆਂ ਜਾਂ ਬੰਦਿਆਂ ਵਾਂਗੂ ਧਰਤੀ 'ਤੇ ਰਹਿ ਕੇ ਗਾਉਣਾ? ਗੱਲਾਂ ਦੋ ਹੀ ਹੈ। ਕਦੇ ਵੀ ਗੁਰਬਾਣੀ ਪੜ੍ਹ ਕੇ ਦੇਖ ਲਓ, ਗੀਤਾ ਪੜ੍ਹ ਕੇ ਦੇਖ ਲਓ, ਕੁਰਾਨ ਮੈਂ ਪੰਜਾਬੀ 'ਚ ਕਾਫੀ ਪੜ੍ਹੀ ਹੈ, ਤਾਂ ਮੈਨੂੰ ਨਹੀਂ ਕਿਤੇ ਇੱਦਾਂ ਮਿਲਿਆ ਕਿ ਬੰਦਾ ਯਾਰ ਕੁਛ ਹੋਰ ਵੀ ਕਰਨਾ ਹੈ। ਇਹ ਤਾਂ ਬਾਬੇ ਨਾਨਕ ਵਾਲੀਆਂ ਹੈ ਕਿ ਕਰਮ ਕਰ, ਪਰ ਕਰਮ ਦੇ ਨਾਲ ਧਰਮ ਦਾ ਪਹੀਆ ਚੱਲਣਾ ਚਾਹੀਦਾ ਹੈ, ਪਰ ਜਵਾਨੋਂ ਗੁੱਸਾ ਨਾ ਕਰਿਓ। ਇਸ ਕਰਕੇ ਜਾਗਣਾ ਬਾਬਾ, ਮੈਨੂੰ ਨਹੀਂ ਪਤਾ ਕਿ ਤੁਹਾਡੇ 'ਚ ਕੈਸੀਆਂ ਰੂਹਾਂ, ਕੈਸੇ ਤੁਹਾਡੇ ਮਨਾਂ ਦੀ ਸਥਿਤੀ ਹੈ, ਪਰ ਇੰਨਾ ਕੁ ਬਚਾਅ ਰੱਖਿਓ ਕਿਤੇ ਬਿਮਾਰ ਨਾ ਹੋ ਜਾਓ ਮਸ਼ਹੂਰ ਹੋਣ ਦੇ ਚੱਕਰ 'ਚ। ਮੁਕੱਦਰਾਂ ਦਾ ਮਿਲਣਾ ਹੈ, ਹਰ ਇੱਕ ਦੀ ਝੋਲੀ 'ਚ ਉਹਨੇ ਪਾਇਆ ਵੈ ਕਿ ਇੰਨਾ ਹੀ ਹੈ। ਐਸੇ ਐਸੇ ਹਾਲਾਤ, ਮੈਂ ਯੂਨੀਵਰਸਿਟੀ ਤੋਂ ਨੌਕਰੀ ਛੱਡ ਕੇ ਆਇਆ ਸੀ, ਮੈਂ ਉੱਥੇ ਸਰਕਾਰੀ ਨੌਕਰ ਸੀ, ਮੈਂ ਜਦੋਂ ਬੇਬੇ ਕੋਲ ਆਇਆ ਸੀ ਤਾਂ ਉਦੋਂ ਹਜੇ ਘਰੇ ਮੇਰੇ ਬਾਪ ਸਿਰ ਕਰਜ਼ਾ ਸੀ, ਅਤੇ ਸਾਡੇ ਹਜੇ ਚਗਾਠਾਂ ਨਹੀਂ ਲੱਗੀਆਂ ਸੀ, ਪੱਲੀਆਂ ਪਈਆਂ ਵੀ ਸੀ ਪਿੰਡ, ਤਾਂ ਮੈਂ ਉਸ ਵੇਲੇ ਵੀ ਨੌਕਰੀ ਛੱਡ ਕੇ ਆ ਗਿਆ ਸੀ। ਇਹੋ ਜਿਹੀ ਅੱਗ ਲਾ ਬਾਬਾ ਕੋਈ ਅੰਦਰ, ਕਿ ਅੰਦਰ ਦੀ ਖੇਡ ਹੋਵੇ, ਨਾ ਮਸਜਿਦ ਦੀ ਨਾ ਮੰਦਰ ਦੀ, ਕੋਈ ਗੱਲ ਸੁਣਾ ਦੇ ਅੰਦਰ ਦੀ, ਨਾ ਮਸਜਿਦ ਦੀ ਨਾ ਮੰਦਰ ਦੀ, ਕੋਈ ਗੱਲ ਸੁਣਾ ਦੇ ਅੰਦਰ ਦੀ, ਬੰਦ ਜ਼ੁਬਾਨ ਨਾ ਦੱਸ ਖਾਂ ਮੈਨੂੰ ਕਿੱਦਾਂ ਬੋਲੀਦਾ, ਬੰਦ ਜ਼ੁਬਾਨ ਨਾ ਦੱਸ ਖਾਂ ਮੈਨੂੰ ਇਹ ਕਿੱਦਾਂ ਬੋਲੀਦਾ, ਨੌ ਦਰਵਾਜ਼ੇ ਲੰਘ ਕੇ ਦਸਵਾਂ ਕਿੱਦਾਂ ਖੋਲੀਦਾ, ਬੰਦ ਜ਼ੁਬਾਨ ਨਾ ਦੱਸ ਖਾਂ ਮੈਨੂੰ ਕਿੱਦਾਂ ਬੋਲੀਦਾ, ਨੌ ਦਰਵਾਜ਼ੇ ਲੰਘ ਕੇ ਦਸਵਾਂ ਕਿੱਦਾਂ ਖੋਲੀਦਾ, ਬਿਨਾਂ ਤੇਲ ਬਿਨ ਬੱਤੀਓਂ ਦੀਵਾ ਕਿੱਥੇ ਜਗਦਾ ਏ, ਬੰਦ ਅੱਖਾਂ ਨਾਲ ਨਿਰਾਕਾਰ ਨੂੰ ਕਿੱਦਾਂ ਟੋਲੀਦਾ, ਰੋੜ ਦੇ ਵਧੀਆਂ ਹੋਏ ਬਣ ਕੇ ਆ ਜਾ ਛੱਲ ਸਮੁੰਦਰ ਦੀ, ਬਾਬਾ ਕੋਈ ਗੱਲ ਸੁਣਾ ਦੇ ਅੰਦਰ ਦੀ, ਕੋਈ ਗੱਲ ਸੁਣਾ ਦੇ ਅੰਦਰ ਦੀ। ਚਲਾ ਬਾਬਾ ਗਾ, ਸੱਜਣ ਦਾ ਤੁਰ ਪਈਆਂ ਹੁਣ ਯਾਰ ਦੇ ਘਰ ਨੂੰ,
ते मैं छड़ नहीं सकदी ओदे दर नू आ दुनिया रख बाबा जान रख मगर आ दुनिया आ दुनिया आ दुनिया हुण मैनू कुछ नहीं पता जे बाबा पुछ ले दी नोटेशन सुना मैनू नहीं पता ये दिमाग चो नहीं आउंदी दिल चो आउंदी है ये दिल चो आउंदी है आ दुनिया आ दुनिया पई खसवानू खावे वे आ दुनिया पई खसवानू खावे ते मस्ती मैं फिर दी नी मेरा तुनका यार बजावे ते मस्ती मैं फिर दी रू अल्ला अल्ला गावे तुनका यार वजावे ते मस्ती मैं फिर दी नी सौ रब दी सौ अल्लाह दी रिहा ना जावे ते मस्ती मैं फिर दी इश्क बुल्ले नू नचावे यार ते नचना पैंदा ये बुल्ले नू धड़क धन धड़क धन धड़क धन धड़क धन धड़क बुल्ले नू नचावे ਕੁਕਰੂ ਪਾ ਕੇ ਬੁੱਲਾ ਯਾਰ ਦੇ ਵੇੜੇ ਨੱਚਿਆ ਯਾਰ ਦੇ ਵੇੜੇ ਨੱਚਿਆ ਯਾਰ ਦੇ ਵੇੜੇ ਨੱਚਿਆ ਹਾਇਓ ਇਸ਼ਕ ਬੁੱਲੇ ਦੇ ਵੇੜੇ ਵੜਿਆ ਅੰਦਰ ਭਾਫੜ ਮੱਚਿਆ ਇਸ਼ਕ ਦੇ ਕੁਕਰੂ ਪਾ ਕੇ ਬੁੱਲਾ ਯਾਰ ਦੇ ਵੇੜੇ ਨੱਚਿਆ ਗੱਲ ਹੋ ਜੇ ਵਸੋ ਬਾਹਰ ਤੇ ਨੱਚਣਾ ਪੈਂਦਾ ਜੇ ਗੱਲ ਉਹੀ ਆ ਗਈ ਕਿ ਗੱਲ ਹੋ ਜੇ ਵਸੋਂ ਬਾਹਰ ਔਰ ਜਿਨ੍ਹਾਂ ਦੀ ਬਾਬਾ ਵਸੋਂ ਬਾਹਰ ਹੋ ਗਈ ਨਾ ਜਿਨ੍ਹਾਂ ਦੀ ਵਸੋਂ ਬਾਹਰ ਹੋ ਗਈ ਉਹ ਇੱਕ ਗੱਲ ਗਾਉਂਦੀਆਂ ਕੀ ਗਾਉਂਦੀਆਂ ਉਹ ਗਾਉਂਦੀਆਂ ਮੇਰੀ ਮੰਗਣੀ ਹੋ ਗਈ ਨੀ ਮੰਗਣੀ ਹੋ ਗਈ ਨੀ ਸਖੀਓ ਸਤਿਗੁਰਾਂ ਦੇ ਵੇੜੇ ਮੇਰੀ ਮੰਗਣੀ ਹੋ ਗਈ ਨੀ ਸਖ
ਆਖਿਓ ਸਤਿਗੁਰਾਂ ਦੇ ਵੇੜੇ ਆ ਮੇਰੀ ਜੰਝ ਵੀ ਆ ਗਈ ਨੀ ਜੰਝ ਵੀ ਆ ਗਈ ਨੀ ਸਖਿਓ ਸਾਧੂ ਸੰਤ ਬਥੇਰੇ ਗੁਰੂ ਪੰਡਿਤ ਬਣ ਗਏ ਨੇ ਪੰਡਿਤ ਬਣ ਗਏ ਨੇ ਗੁਰੂ ਪੰਡਿਤ ਬਣ ਗਏ ਨੇ ਸਖਿਓ ਦੇ ਤੇ ਨਾਮ ਨਾਲ ਫੇਰੇ ਮੇਰੀ ਮੰਗਣੀ ਹੋ ਗਈ ਨੀ ਸਖਿਓ ਸਤਿਗੁਰਾਂ ਦੇ ਵੇੜੇ ਉਹ ਮੇਰੀ ਮੰਗਣੀ ਹੋ ਗਈ ਨੀ ਸਖਿਓ ਸਤਿਗੁਰਾਂ ਦੇ ਵੇੜੇ ਵਾਹ ਵਾਹ ਓਏ ਮੌਜ ਫਕੀਰਾਂ ਦੀ 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 ਕਦੇ ਤਾਂ ਪਹਿਨਣ ਏ ਮਖਮਲ ਜ਼ਰੀਆਂ ਕਦੇ ਤਾਂ ਪਹਿਨਣ ਏ ਮਖਮਲ ਜ਼ਰੀਆਂ ਕਦੇ ਬਾਬਾ ਨੰਦ ਸਿੰਘ ਹੁਣੀ ਪੜਿਆ ਕਰਦੇ ਸੀ ਬਾਬਾ ਨੰਦ ਸਿੰਘ ਹੁਣੀ ਬਾਬਾ ਉੱਤਰ ਸਿੰਘ ਹੁਣੀ ਜਿਨ੍ਹਾਂ ਨੇ ਦੀਵਾਨਾਂ ਦੇ ਵਿੱਚ ਫੋਕ ਤਰਜ ਨੂੰ ਲੈ ਕੇ ਧਾਰਨਾ ਪੜ੍ਹਨੀ ਸ਼ੁਰੂ ਕੀਤੀ ਉਹਨਾਂ ਬਾਬਿਆਂ ਦੀ ਬਾਤ ਹੈ ਉਹ ਕਹਿੰਦੇ ਸੀ ਕਦੇ ਤਾਂ ਪਹਿਨਣ ਏ ਮਖਮਲ ਜ਼ਰੀਆਂ ਬਹੁਤ ਅੱਛੀ ਤਾੜੀਆਂ ਮਾਰੋ ਜਰਾ ਗਰੇਵਾਲ ਸਾਹਿਬ ਨੇ ਬਹੁਤ ਉਹ ਮੁੰਡੇ ਉਹ ਘਰ ਦੀ ਇੱਜ਼ਤ ਸਭ ਤੋਂ ਪਹਿਲੋਂ ਇਹਨੂੰ ਦਾਗ ਲਵਾਈਏ ਨਾ ਉਹ ਜਦ ਭੈਣਾਂ ਹੋਣ ਜਵਾਨ ਤੇ ਬਹੁਤੇ ਯਾਰ ਬਣਾਈਏ ਨਾ ਉਹ ਮੁੰਡੇ ਉਹ ਘਰ ਦੀ ਇੱਜ਼ਤ ਸਭ ਤੋਂ ਪਹਿਲੋਂ ਇਹਨੂੰ ਦਾਗ ਲਵਾਈਏ ਨਾ ਜਦੋਂ ਬੰਦੇ ਨੂੰ ਗਰਮੀ ਆਈ ਹੋਵੇ ਬਹੁਤਾ ਨੇੜੇ ਆਈਏ ਨਾ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਉਹ ਜਦ ਭੈਣਾਂ ਹੋਣ ਜਵਾਨ ਤੇ ਬਹੁਤ ਯਾਰ ਬਣਾਈਏ ਨਾ ਆਪਣੇ ਘਰ ਵਿੱਚ ਕੰਮ ਨਹੀਂ ਹੋਏ ਕਿਸੇ ਬੰਦੇ ਸ਼ੱਕੀ ਦਾ ਆਪਣੇ ਘਰ ਵਿੱਚ ਕੰਮ ਨਹੀਂ ਭਾਈ ਕਿਸੇ ਬੰਦੇ ਸ਼ੱਕੀ ਦਾ ਇਹ ਧਨ ਪਰਾਇਆ ਕਿਸੇ ਨੂੰ ਦੇਣਾ ਸਾਂਭ ਕੇ ਰੱਖੀਦਾ ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਆ ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਉਹ ਦਾਗੀ ਪੰਨੇ ਨਾ ਉਹ ਭੈਣ ਬਿਨਾ ਕੋਈ ਸੁੰਨੇ ਗੁੱਟ ਤੇ ਰੱਖੜੀ ਬੰਨੇ ਨਾ ਬੇਵੀਰਾ ਰੱਖੜੀ ਬੰਨੇ ਨਾ ਉੱਧਰ ਬੈਠੀਆਂ ਵਿਆਹੀਆਂ ਬੀਬੀਆਂ ਔਖੇ ਵੇਲੇ ਜਦ ਨੂਹਾਂ ਆ ਸੱਸਾਂ ਤੇ ਚੜ੍ਹਦੀਆਂ ਨੇ ਔਖੇ ਵੇਲੇ ਇਹਨਾਂ ਵੈਰੀ ਡਿਫੀਕਲਟ ਟਾਈਮ ਜਦੋਂ ਆ ਨੂਹਾਂ ਸੱਸਾਂ ਤੇ ਚੜ੍ਹਦੀਆਂ ਨੇ ਤਾਂ ਉਦੋਂ ਜਿਹੜੀਆਂ ਪੰਜਾਹਾਂ ਤੋਂ ਟੱਪੀਆਂ ਬੈਠੀਆਂ ਉਹਨਾਂ ਨੂੰ ਦੱਸਦਾ ਮਾਂ ਮੇਰੀ ਉਹ ਨੂਹਾਂ ਇੱਕ ਬੋਲੀ ਪੜ੍ਹਦੀਆਂ ਉਸ ਔਖੇ ਟਾਈਮ 'ਚ ਕੀ ਕਹਿੰਦੀਆਂ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਨੀ ਭੈਣੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੁੱਲਾਂ ਦਾ ਹਾਰ ਲੈ ਕੇ ਹੈਂਗ ਆਉਣ ਦਾ ਵਾਲ ਟੰਗ ਦਿਓ ਔਖੇ ਵੇਲੇ ਜਦ ਨੂਹਾਂ ਆ ਸੱਸਾਂ ਤੇ ਚੜ੍ਹਦੀਆਂ ਨੇ ਉਸੇ ਵੇਲੇ ਭੈਣਾਂ ਆ ਮਾਪਿਆਂ ਨਾਲ ਖੜਦੀਆਂ ਨੇ ਉਸੇ ਵੇਲੇ ਭੈਣਾਂ ਔਰ ਅੱਜ ਦੇ ਸਮੇਂ 'ਚ ਕਹਿਣਾ ਪਊ ਬਾਬਿਓ ਕਿ ਮਾਂ ਪਿਓ ਦੇ ਲਈ ਜਿੰਨਾ ਧੀਆਂ ਖੜਦੀਆਂ ਹੈ ਅੱਜ ਦਾ ਪੁੱਤ ਨਹੀਂ ਖੜ ਰਿਹਾ ਸਮੱਸਿਆ ਹੈ ਕਿਤੇ ਜਿੰਨਾ ਕੁੜੀਆਂ ਖੜ ਰਹੀਆਂ ਮੁੰਡੇ ਨਹੀਂ ਖੜ ਰਹੇ ਇਸ ਕਰਕੇ ਉਹ ਟਰੱਕਾਂ ਪਿੱਛੇ ਗੱਲ ਵੀ ਆਉਣ ਲੱਗ ਗਈ ਕਿ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ
ਇਹ ਲਾਈਨਾਂ ਜੇ ਕਿਤੇ ਵਾਪਰੀਆਂ ਤਾਂਹੀਓ ਲਿਖੀਆਂ ਕਿਸੇ ਨੇ, ਵੈਸੇ ਨਹੀਂ ਕੋਈ। ਇਸ ਕਰਕੇ ਮਾਂ ਬਾਪ ਦਾ ਸਤਿਕਾਰ ਸਭ ਤੋਂ ਪਹਿਲਾਂ ਹੈ। ਔਰ ਵੈਸੇ ਵੀ ਮੈਂ ਅਖਾੜਿਆਂ 'ਚ ਸਦਾ ਕਹਿੰਦਾ ਹੁੰਦਾ ਪੰਜਾਬੀ ਮੁੰਡਿਆਂ ਨੂੰ ਕਿ ਭਰਾਵੋ, ਜਿਹੜਾ ਆਪਦੀ ਸਕੀ ਮਾਂ ਦਾ ਨਹੀਂ ਹੋਇਆ ਦੁਨੀਆਂ 'ਚ ਕਿਸੇ ਦਾ ਨਹੀਂ ਹੋ ਸਕਦਾ, ਗੱਲ ਹੀ ਨਿਬੜਦੀ ਹੈ ਬਸ। ਕਿਉਂਕਿ ਮਾਂ ਇੱਕ ਐਸੀ ਖੇਡ ਹੈ ਉਸ ਮਾਲਕ ਦੀ, 9 ਮਹੀਨੇ ਗਰਭ 'ਚ ਰੱਖਿਆ ਹੈ, ਪੁੱਠਾ ਲਮਕਦਾ ਸੀ, ਬਾਣੀ ਪੜ੍ਹ ਕੇ ਦੇਖੋ ਬੜਾ ਕੁਛ ਹੈ। ਔਖੇ ਵੇਲੇ ਜਦ ਨੂੰਹ ਆਇਆ, ਜਿਨ੍ਹਾਂ ਕੋਲੇ ਮਾਵਾਂ ਹੈ ਨਹੀਂ ਪੁੱਛੀ ਦੁੱਖ ਸੋਹਣਿਆ, ਜਿਨ੍ਹਾਂ ਕੋਲੇ ਮਾਵਾਂ ਹੈ ਨਹੀਂ ਓਏ ਪੁੱਛੀ ਦੁੱਖ ਸੋਹਣਿਆ, ਛਾਂ ਕਿੱਥੋਂ ਮਿਲੂ ਜਦੋਂ ਹੈ ਨਹੀਂ ਰੁੱਖ ਸੋਹਣਿਆ। ਉਹ ਬੰਦਾ ਰੋਂਦਾ ਪਿੱਛੋਂ, ਉਹ ਬੰਦਾ ਰੋਂਦਾ ਪਿੱਛੋਂ, ਵੇਖ ਵੇਖ ਥਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ, ਉਹ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ, ਸਾਂਭੀ ਦੀ ਆ ਸਾਂਭਲੋ ਪਈ ਮਾਂ ਤੇ ਰੱਬ ਰੂਪ ਹੈ, ਸਾਂਭੀ ਦੀ ਐ ਸਾਂਭ ਲੈ ਭਾਈ ਮਾਂ ਤੇ ਰੱਬ ਰੂਪ ਹੈ, ਰਾਜਿਆਂ ਨੂੰ ਜੰਮਦੀ ਏ ਭਗਤੀ ਸਰੂਪ ਹੈ। ਉਹ ਤਾਈਓ ਮੈਂ ਵੀ ਵੀਰਾ, ਤਾਈਓ ਮੈਂ ਵੀ ਵੀਰਾ, ਉਹ ਬੇਬੇ ਬੇਬੇ ਗਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ, ਉਹ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ। ਉਹ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ, ਕਹੇਗਾ ਮਰੂੰਗੀ ਨਾਲ ਤੇਰੇ, ਬੇਟੇ ਗਿੱਟਾਂ ਤੋ ਲੈ ਲਈ, ਉਹ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ, ਬੇਟੇ ਗਿੱਟਾਂ ਤੋ ਲੈ ਲਈ, ਚੱਲੇਗਾ ਚੱਲੂ